ਕੌਮ ਧਰਮਕੋਟ ਦਾ ਸਹਾਇਕ ਜੇ 20000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀ ਕੀਤਾ ਕਾਬੂ। ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤਖੋਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਉਹਨਾਂ ਨੂੰ ਉਸ ਵਕਤ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਧਰਮਕੋਟ ਦਾ ਇੱਕ ਸਹਾਇਕ ਜੇ 20000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ ਕਰ ਲਿਆ ਗਿਆ। ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਪਿੰਡ ਦਬੁਰਜੀ ਤਹਿਸੀਲ ਧਰਮਕੋਟ ਮੋਗਾ ਦਾ ਇੱਕ ਕਿਸਾਨ ਗੁਰਪ੍ਰੀਤ ਸਿੰਘ ਵਾਲਦ ਸਰਦਾਰ ਇਕਵਾਲ ਸਿੰਘ ਜਿਸ ਨੇ ਆਪਣੇ ਪੈਲੀ ਵਿੱਚ ਬਿਜਲੀ ਦਾ ਟਰਾਂਸਫਾਰਮਰ ਲਗਾਉਣਾ ਸੀ ਅਤੇ ਇਸ ਨੂੰ ਲਗਾਉਣ ਬਦਲੇ ਸਹਾਇਕ ਜੇਈ ਗੁਲਸ਼ੇਰ ਸਿੰਘ ਵੱਲੋਂ 20000 ਰੁਪਏ ਦੀ ਮੰਗ ਕੀਤੀ ਗਈ ਸੀ। ਗੁਰਪ੍ਰੀਤ ਸਿੰਘ ਵੱਲੋਂ ਉਸ ਨਾਲ ਅੱਜ ਦਾ ਵਾਅਦਾ ਕਰਕੇ ਇਸ ਦੀ ਸਾਰੀ ਸੂਚਨਾ ਵਿਜੀਲੈਂਸ ਵਿਭਾਗ ਦੇ ਧਿਆਨ ਵਿੱਚ ਲਿਆ ਦਿੱਤੀ ਜਿਨ੍ਹਾਂ ਵੱਲੋਂ ਭੇਜੀ ਗਈ ਟੀਮ ਜਿਸ ਦੀ ਮੁੱਖ ਰੂਪ ਵਿੱਚ ਅਗਵਾਈ ਸੱਤਿਆ ਪ੍ਰਕਾਸ਼ ਇੰਸਪੈਕਟਰ ਵਿਜੀਲੈਂਸ ਮੋਗਾ ਕਰ ਰਹੇ ਸਨ ਵੱਲੋਂ ਮੌਕੇ 'ਤੇ ਧਰਮਕੋਟ ਪਹੁੰਚ ਕੇ 20000 ਰੁਪਏ ਰਿਸ਼ਵਤ ਸਮੇਤ ਜੇਈ ਗੁਲਸ਼ੇਰ ਸਿੰਘ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ। ਇਸ ਮੌਕੇ DSP ਵਿਜੀਲੈਂਸ ਬਿਊਰੋ ਮੋਗਾ ਸ਼੍ਰੀ ਕੇਵਲ ਕ੍ਰਿਸ਼ਨ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਜੀ ਬਿਜਲੀ ਵਿਭਾਗ ਦਾ ਇਹ ਅਸਿਸਟੈਂਟ ਜੇਈ ਹੈ, ਇਹਦਾ ਗੁਲਸ਼ੇਰ ਸਿੰਘ ਨਾਮ ਹੈ ਇਹਦਾ। ਇਹ ਪਿਛਲੇ ਸਮੇਂ 'ਚ ਗੁਰਪ੍ਰੀਤ ਸਿੰਘ ਸਨ ਆਫ ਇਕਬਾਲ ਸਿੰਘ ਪਿੰਡ ਦਬੁਰਜੀ, ਇਹਨੇ ਆਪਣੇ ਟਰਾਂਸਫਾਰਮਰ ਰਖਾਉਣਾ ਸੀਗਾ, ਮੋਟਰ ਦੇ ਉੱਤੇ ਟਰਾਂਸਫਾਰਮਰ ਰਖਾਉਣਾ ਸੀ। ਉਹਦੇ ਇਵਜ਼ ਦੇ ਵਿੱਚ ਇਹ ਤੋਂ 35000 ਰੁਪਏ ਦੀ ਮੰਗ ਕਰ ਰਿਹਾ ਸੀਗਾ, ਜੋ ਇਹਨੇ ਉਸਨੂੰ ਕਾਫੀ ਤੰਗ ਕੀਤਾ ਪਿਛਲੇ ਸਮੇਂ 'ਚ, ਤਾਂ ਇਸਨੇ ਤੰਗ ਆ ਕੇ ਪਰਸੋਂ ਇਹਨੂੰ 15000 ਰੁਪਇਆ ਦੇ ਦਿੱਤਾ ਅਤੇ ਬਾਕੀ 20000 ਰੁਪਏ ਦੀ ਜਿਹੜੀ ਅੱਜ ਦਾ ਇਹਨੇ ਵਾਅਦਾ ਕਰ ਲਿਆ। ਉਸ ਤੋਂ ਬਾਅਦ ਉਹਨੇ ਸਾਨੂੰ ਇੰਟੀਮੇਟ ਕੀਤਾ ਤਾਂ ਅਸੀਂ ਆਪਣਾ ਜਿਹੜਾ ਲੀਗਲ ਪ੍ਰੋਸੈਸ ਹੈ, ਦੋ ਸਰਕਾਰੀ ਗਵਾਹ ਹੁੰਦੇ ਆ, ਦੋ ADO ਅਸੀਂ ਅਪੁਆਇੰਟ ਕਰਾਏ DC ਸਾਹਿਬ ਦੇ ਹੁਕਮ ਦੇ ਨਾਲ, ਅਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹਨੂੰ ਔਨ ਦਾ ਸਪੋਟ ਰੈੱਡ ਹੈਂਡਡ 20000 ਰੁਪਏ ਦੀ ਕਰਪਸ਼ਨ ਮਨੀ ਦੇ ਨਾਲ ਅਰੈਸਟ ਕੀਤਾ। ਇਹ ਜੀ ਪਿੰਡ ਦਬੁਰਜੀ ਹੈ ਜੀ, ਇਹ ਤਾਂ ਗੁਰਪ੍ਰੀਤ ਦਾ ਸਨ ਆਫ ਇਕਬਾਲ ਸਿੰਘ ਇਹਦਾ ਘਰ ਹੈ ਜਿੱਥੇ ਇਹਨੇ ਟਰਾਂਸਫਾਰਮਰ ਲਗਾਉਣਾ ਸੀ। ਇਹਨੇ ਘਰ ਜਾ ਕੇ ਹੀ ਉੱਥੇ ਜਿਹੜਾ ਮੰਗ ਕਰ ਰਿਹਾ ਸੀ ਔਰ ਉੱਥੇ ਹੀ ਇਹਨੇ ਕਰਪਸ਼ਨ ਲਈ ਮੰਗ ਕੀਤੀ ਜੀ 20000 ਦੀ, ਅਸੀਂ ਇਹਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ। ਫਰਦਰ ਇਹਨੂੰ ਹੁਣ ਗ੍ਰਿਫਤਾਰ ਕੀਤਾ, ਅਸੀਂ ਇਹਦੀ ਇਨਵੈਸਟੀਗੇਟ ਕਰਾਂਗੇ, ਇਹਨੇ ਹੋਰ ਇੱਦਾਂ ਦੇ ਕਿੰਨੇ ਕੇਸ ਕੀਤੇ ਆ, ਕਿੱਥੋਂ ਕਿੱਥੋਂ ਕਰਪਸ਼ਨ ਲਈ ਹੈ, ਕਰਪਸ਼ਨ ਦੀ ਮਨੀ ਨਾਲ ਇਹਨੇ ਕਿੰਨੀ ਜਾਇਦਾਦ ਬਣਾਈ ਹੈ। ਪਹਿਲਾਂ ਕੋਈ ਕੇਸ ਸਾਹਮਣੇ ਆਇਆ ਨਹੀਂ, ਇਹਦਾ ਫਸਟ ਕੇਸ ਹੈ ਜੀ।